Dear students welcome aaj is video de vich apna topic hai techno pedagogical skill development min chidi techno pedagogical vich maharat hasil karan de liye ke jehda adhyapak hai ohnu ICT de naal sambandhit jehde skills ne jehdiya honor ne onna bare onna da jehda vikas karna zaruri hunda hai jive ki sab to pehla hai computer knowledge ਹੁਣ ਜਿਹੜਾ ਇੱਕ ਅਧਿਆਪਕਾ ਨੂੰ ਕੰਪਿਊਟਰ ਦੇ ਵਿੱਚ ਕੋਈ ਫਾਈਲਾਂ ਫੋਲਡਰਸ ਡਰਾਇੰਗ ਬਣਾਉਣੀ ਸਾਰਾ ਕੁਝ ਆਉਂਦਾ ਹੋਣਾ ਚਾਹੀਦਾ ਮੀਨਸ ਕਿ MS Word PowerPoint Excel ਪੂਰੀ ਜਿਹੜੀ ਨੌਲੇਜ ਹੈ ਇਹਦੇ ਆਪਕ ਨੂੰ ਕੰਪਿਊਟਰ ਦੇ ਨਾਲ ਰੇਟਰ ਜਿਹੜੇ ਦੇ ਵਿੱਚ ਕੰਮ ਕਰਨਾ ਹੈ ਇਹਦੇ ਆਪਕ ਨੇ ਮੀਨਸ ਕਿਸੇ ਵੀ ਤਰ੍ਹਾਂ ਦੀ ਉਹਨੇ ਫਾਈਲ ਤਿਆਰ ਕਰਨੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਨੈਕਸਟ ਹੈ ਕੰਟਰੋਲ ਪੈਨਲ ਕੰਟਰੋਲ ਪੈਨਲ ਦੇ ਵਿੱਚ ਜਿਹੜੇ ਕੰਪਿਊਟਰ ਦੀ ਬਹੁਤ ਸਾਰੀਆਂ ਟੈਕਨੀਕੀ ਸੈਟਿੰਗਸ ਹੁੰਦੀਆਂ ਨੇ ਜਿਵੇਂ ਕੋਈ ਪ੍ਰਿੰਟਰ ਹੋ ਗਿਆ ਕਿਹੜਾ ਫੌਂਟ ਯੂਜ਼ ਕਰਨਾ ਹੈ ਕਿਹੜਾ ਪ੍ਰੋਗਰਾਮ ਹੈ ਕੋਈ ਫੈਕਸ ਕਰਨਾ ਇੰਟਰਨੈਟ ਨਾਲ ਸੰਬੰਧਿਤ ਕੋਈ ਈਮੇਲ ਕਰਨੀ ਹੈ ਮੇਲ ਕਰਨੀ ਹੈ ਕਿਸ ਤਰੀਕੇ ਨਾਲ ਸਾਰਾ ਜਿਹੜਾ ਕੰਟਰੋਲ ਪੈਨਲ ਹੈ ਉਹਦੇ ਬਾਰੇ ਅਧਿਆਪਕ ਨੂੰ ਪਤਾ ਹੋਣਾ ਚਾਹੀਦਾ ਹੈ ਯੂਜ਼ ਆਫ ਇੰਟਰਨੈਟ ਫਿਰ ਇੰਟਰਨੈਟ ਦੀ ਜਿਹੜੀ ਵਰਤੋਂ ਹੈ ਉਹਨੂੰ ਬੁੱਕਮਾਰਕ ਕਰਨਾ ਅਲੱਗ-ਅਲੱਗ ਵੈੱਬਸਾਈਟਾਂ ਤੋਂ ਜਾਣਕਾਰੀ ਕਿਵੇਂ ਇਕੱਠੀ ਕਰਨੀ ਹੈ ਕਿਵੇਂ ਉਹਨੂੰ ਕਾਪੀ ਕਰਕੇ ਪੇਸਟ ਕਰਨਾ ਹੈ ਕਿਵੇਂ ਸਟੋਰ ਕਰਨਾ ਹੈ ਤੇ ਕਿਵੇਂ ਕਿਸੇ ਵੀ ਜਿਹੜਾ ਐਜੂਕੇਸ਼ਨਲ ਬਲੌਗ ਆ ਉਹਦੇ ਵਰਤੋਂ ਕਰਨੀ ਹੈ ਜੋ ਕਿ ਸਾਨੂੰ ਇੰਟਰਨੈਟ ਦੀ ਹੈਲਪ ਦੇ ਨਾਲ ਇਹ ਮਟੀਰੀਅਲ ਮਿਲਦਾ ਹੈ ਤੇ ਫਿਰ YouTube ਦੀ ਵਰਤੋਂ ਕਿਵੇਂ ਕਰਨੀ ਹੈ ਕੋਈ ਆਪਣਾ ਜਿਹੜਾ ਚੈਨਲ ਉਹ ਕਿਸ ਤਰੀਕੇ ਨਾਲ ਬਣਾਉਣਾ ਇਹ ਸਾਰੀ ਚੀਜ਼ਾਂ ਦੇ ਵਿੱਚ ਸ਼ਾਮਿਲ ਨੇ ਮੀਨਸ ਅਧਿਆਪਕ ਨੂੰ ਇੰਟਰਨੈਟ ਦੀ ਜਿਹੜੀ ਸਹੀ ਵਰਤੋਂ ਆ ਕਰਨੀ ਜ਼ਰੂਰ ਆਉਂਦੀ ਹੋਣੀ ਚਾਹੀਦੀ ਹੈ ਫਾਰਮੇਸ਼ਨ ਆਫ ਈ ਕੰਟੈਂਟ ਐਂਡ ਯੂਜ਼ ਆਫ PDF ਫਾਈਲਸ ਫਿਰ ਜਿਹੜਾ ਅਧਿਆਪਕ ਹੈ ਉਹਨੂੰ ਜਿਹੜਾ ਈ ਕੰਟੈਂਟ ਹੈ ਮੀਨਸ ਇਲੈਕਟ੍ਰੋਨਿਕ ਕੰਟੈਂਟ ਹੈ ਵਿਦਿਅਕ ਸਮਗਰੀ ਹੈ ਜਿਹੜੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲੈਕਚਰ ਰਿਕਾਰਡਿੰਗ ਆ ਉਹਦੀ ਆਡੀਓ ਜਾਂ ਵੀਡੀਓ ਫਾਈਲ ਕਿਵੇਂ ਤਿਆਰ ਕਰਨੀ ਹੈ ਕੋਈ ਜਿਹੜੀਆਂ ਅਸੀਂ ਫੋਟੋ ਕਲਿੱਕ ਕੀਤੀਆਂ ਉਹਦਾ ਪੀਡੀਐਫ ਫਾਈਲ ਕਿਵੇਂ ਤਿਆਰ ਕਰਨੀ ਹੈ ਜਾਂ ਉਹਨੂੰ ਇੰਟਰਨੈਟ ਤੇ ਕਿਵੇਂ ਅਪਲੋਡ ਕਰਨਾ ਹੈ ਇਹ ਸਾਰੇ ਜਿਹੜੀ ਨੌਲੇਜ ਹੈ ਅਧਿਆਪਕ ਨੂੰ ਹੋਣੀ ਚਾਹੀਦੀ ਹੈ ਨੈਕਸਟ ਹੈ ਫਾਈਲ ਕਨਵਰਜਨ ਮੀਨਸ ਕਿ ਇੱਕ ਜਿਹੜਾ ਫਾਈਲ ਦਾ ਫਾਰਮੈਟ ਹੁੰਦਾ ਉਹਨੂੰ ਦੂਸਰੇ ਫਾਰਮੈਟ ਦੇ ਵਿੱਚ ਚੇਂਜ ਕਰਨਾ ਜਿਵੇਂ ਕਿ ਜਿਹੜੀ ਵੀਡੀਓ ਫਾਈਲ ਹੈ ਉਹਨੂੰ ਆਡੀਓ ਦੇ ਵਿੱਚ ਕਿਵੇਂ ਚੇਂਜ ਕਰਨਾ ਹੈ ਤੇ ਵਰਡ ਦੀ ਫਾਈਲ ਨੂੰ ਪੀਡੀਐਫ ਦੇ ਵਿੱਚ ਕਿਵੇਂ ਬਦਲਣਾ ਕੋਈ 2 ਤੋਂ ਜ਼ਿਆਦਾ ਸਾਡੇ ਕੋਲ ਵੀਡੀਓਜ਼ ਨੇ ਉਹਨਾਂ ਨੂੰ ਆਪਸ ਵਿੱਚ ਕਿਵੇਂ ਮਰਜ ਕਰਨਾ ਇਹ ਸਾਰਾ ਕੀ ਹੈ ਫਾਈਲ ਕਨਵਰਜਨ ਇਹ ਵੀ ਅਧਿਆਪਕ ਨੂੰ ਇਹਦੇ ਬਾਰੇ ਜਿਹੜੀ ਨੌਲੇਜ ਉਹ ਹੋਣੀ ਚਾਹੀਦੀ ਹੈ ਨੈਕਸਟ ਹੈ ਟਾਈਪਿੰਗ ਹੁਣ ਜਿਹੜੀ ਟੈਕਨੋ ਪੈਡਾਗੋਜੀ ਹੈ ਉਹਨੂੰ ਕੰਪਿਊਟਰ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਤੇ ਇਹਦੇ ਲਈ ਜਿਹੜਾ ਕਾਫੀ ਜ਼ਿਆਦਾ ਜਿਹੜਾ ਮਟੀਰੀਅਲ ਹੈ ਉਹ ਟਾਈਪ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਜਿਹੜੀ ਟਾਈਪਿੰਗ ਹੈ ਉਹ ਕਿਸੇ ਵੀ ਲੈਂਗੁਏਜ ਵਿੱਚ ਹੋ ਸਕਦੀ ਹੈ ਤੇ ਜਿਹੜਾ ਅਧਿਆਪਕ ਹੈ ਉਹਨੂੰ ਟਾਈਪਿੰਗ ਜ਼ਰੂਰ ਆਉਂਦੀ ਹੋਣੀ ਚਾਹੀਦੀ ਹੈ ਤੇ ਇਹ ਕੰਮ ਹੌਲੀ-ਹੌਲੀ ਜਿਹੜਾ ਅਧਿਆਪਕ ਹੈ ਟੀਚਰ ਹੋ ਪ੍ਰੈਕਟੀਕਲ ਕਰਕੇ ਸਿੱਖ ਲੈਂਦਾ ਹੈ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਪੀਪੀਟੀ ਹੁਣ ਇਹ ਜਿਹੜਾ ਵਿਦਿਆਰਥੀਆਂ ਕੇ ਜਦੋਂ ਕੋਈ ਵੀ ਅਧਿਆਪਕ ਨੇ ਕਿਸੇ ਵੀ ਸਬਜੈਕਟ ਨੂੰ ਪੜਾਉਣਾ ਹੈ ਕਿਸੇ ਵੀ ਟੌਪਿਕ ਨੂੰ ਪੜਾਉਣਾ ਹੈ ਤਾਂ ਇਹਦੇ ਨਾਲ ਮੀਨਜ਼ ਪੀਪੀਟੀ ਦੇ ਨਾਲ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਦੇ ਨਾਲ ਅਧਿਆਪਕ ਨੂੰ ਸੌਖਾ ਹੋ ਜਾਂਦਾ ਹੈ ਬੱਚਿਆਂ ਨੂੰ ਪੜਾਉਣਾ ਫਿਰ ਕਿਹੜੀਆਂ-ਕਿਹੜੀਆਂ ਸਲਾਈਡਸ ਬਣਾਉਣੀਆਂ ਨੇ ਕੀ ਸਲਾਈਡ ਦੇ ਉੱਪਰ ਲਿਖਣਾ ਹੈ ਕਿਹੜਾ ਟੌਪਿਕ ਲਿਆ ਹੈ ਕਿੰਨੀਆਂ ਸਲਾਈਡਸ ਹੋਣੀਆਂ ਚਾਹੀਦੀਆਂ ਨੇ ਫਿਰ ਉਹ ਚ ਜਿਹੜੀ ਕਲਰ ਥੀਮ ਹੁੰਦੀ ਹੈ ਕਿਸ ਤਰ੍ਹਾਂ ਦੀ ਲੈਣੀ ਹੈ ਫਿਰ ਟਾਈਮਿੰਗ ਤੇ ਐਨੀਮੇਸ਼ਨ ਕਰਨੀ ਹੈ ਉਹਦੇ ਵਿੱਚ ਜੇ ਕੋਈ ਕੰਟੈਂਟ ਜੋ ਲਗਾਇਆ ਉਹਦੇ ਵਿੱਚ ਕੋਈ ਸਾਊਂਡ ਐਡ ਕਰਨੀ ਹੈ ਇਹ ਸਾਰਾ ਹੋ ਗਿਆ ਪੀਪੀਟੀ ਅਗਰ ਆਪਕ ਨੂੰ ਪੀਪੀਟੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿਸ ਤਰੀਕੇ ਨਾਲ ਮੈਂ ਆਪਣਾ ਜਿਹੜਾ ਚੈਪਟਰ ਹੈ ਕਲਾਸ ਦੇ ਵਿੱਚ ਉਹਨੂੰ ਪੜਾਉਣਾ ਹੈ ਮੀਨ ਉਹਦੇ ਬਾਰੇ ਜਿਹੜੀ ਪੂਰੀ ਨੌਲੇਜ ਹੈ ਹੋਣੀ ਚਾਹੀਦੀ ਹੈ ਤਾਂ ਹੀ ਜਿਹੜਾ ਦੇ ਆਪਕਾ ਉਹਦੇ ਚ ਜਿਹੜੀ ਟੈਕਨੋ ਪੈਡਾਗੋਜੀਕਲ ਸਕਿੱਲ ਆ ਉਹ ਡਿਵੈਲਪ ਹੋਏਗੀ ਜੇਕਰ ਉਹਨੂੰ ਸਹੀ ਨੋਲਿਜ ਹੋਏਗੀ ਨੈਕਸਟ ਹੈ ਸੋਸ਼ਲ ਮੀਡੀਆ ਕਨੈਕਟੀਵਿਟੀ ਹੁਣ ਜਿਹੜਾ ਅਧਿਆਪਕ ਹੈ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਸ਼ਲ ਐਪਸ ਵਰਤੇ ਜਾ ਰਹੇ ਨੇ ਜਿਵੇਂ ਕਿ ਫੇਸਬੁੱਕ ਹੋ ਗਿਆ ਟਵਿੱਟਰ ਹੈ ਵਟਸਐਪ ਹੈ ਲਿੰਕਡਇਨ ਹੈ ਯੂਟਿਊਬ ਹੈਗਾ ਕੋਈ ਇੰਸਟਾਗ੍ਰam ਇਹ ਸਾਰੇ ਕੀ ਨੇ ਸੋਸ਼ਲ ਮੀਡੀਆ ਕਨੈਕਟੀਵਿਟੀ ਵਾਲ ਨੇ ਹੁਣ ਅਧਿਆਪਕ ਨੇ ਇਹ ਦੇਖਣਾ ਕਿ ਇਹ ਜਿਹੜੇ ਸਾਧਨ ਨੇ ਆਪਸ ਵਿੱਚ ਕਿਵੇਂ ਜੁੜੇ ਰਹਿ ਕੇ ਕੋਈ ਅਸੀਂ ਇਹਨਾਂ ਦੇ ਫਾਈਲ ਸ਼ੇਅਰ ਕਰਨੀ ਹੈ ਕਿਹੜੇ-ਕਿਹੜੇ ਸੌਖੇ ਤਰੀਕੇ ਨੇ ਤੇ ਇਹਨਾਂ ਦੇ ਨਾਲ ਅਸੀਂ ਕਿਵੇਂ ਆਪਣੇ ਜਿਹੜੇ ਆਈਡੀਆਜ਼ ਨੇ ਉਹ ਐਕਸਚੇਂਜ ਕਰ ਸਕਦੇ ਆ ਮੀਨ ਜੇ ਸੋਸ਼ਲ ਮੀਡੀਆ ਕਿਵੇਂ ਅਸੀਂ ਇੱਕ ਮੀਡੀਆ ਨੂੰ ਦੂਸਰੇ ਮੀਡੀਆ ਨਾਲ ਕਨੈਕਟ ਕਰ ਸਕਦੇ ਆ ਜਿਵੇਂ ਕਿ ਅਸੀਂ ਫੇਸਬੁੱਕ ਤੇ ਸ਼ੇਅਰ ਕੀਤਾ ਅਸੀਂ ਇੰਸਟਾਗ੍ਰਾਮ ਤੇ ਕੋਈ ਪੋਸਟ ਪਾਈ ਹੈ ਤਾਂ ਉਹ ਕੀ ਹੈ ਅਸੀਂ ਆਪਣੀ ਜਿਹੜੀ ਕਨੈਕਟਿਵਿਟੀ ਹੈ ਸੋਸ਼ਲ ਮੀਡੀਆ ਤੇ ਵਧਾ ਰਹੇ ਆ ਨੈਕਸਟ ਹੈ ਕੰਪਿਊਟਰ ਹਾਰਡਵੇਅਰ ਕੰਪਿਊਟਰ ਹਾਰਡਵੇਅਰ ਦੀ ਜਿਹੜੀ ਨੌਲੇਜ ਹੈ ਉਹ ਵੀ ਅਧਿਆਪਕ ਨੂੰ ਪ੍ਰੋਪਰ ਹੋਣੀ ਚਾਹੀਦੀ ਹੈ ਜਿਵੇਂ ਕਿ ਕੰਪਿਊਟਰ ਦੇ ਨਾਲ ਪ੍ਰੋਜੈਕਟਰ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ ਪ੍ਰਿੰਟਰ ਕਿਵੇਂ ਅਟੈਚ ਕਰਨਾ ਹੈ ਤੇ ਪ੍ਰਿੰਟ ਕਿਵੇਂ ਲੈਣਾ ਹੈ ਸਕੈਨਰ ਹੈ ਜਿਹੜਾ ਅਸੀਂ ਕਿਵੇਂ ਉਹਦੇ ਵਰਤੋਂ ਕਰਨੀ ਹੈ ਕਿੱਥੇ ਅਸੀਂ ਸਕੈਨ ਕਰਨਾ ਹੈ OH P ਵਗੈਰਾ ਜਿਹੜੇ ਹੁੰਦੇ ਨੇ ਓਵਰਹੈਡ ਪ੍ਰੋਜੈਕਟਰ ਕੋਈ ਇਨਪੁਟ ਆਉਟਪੁਟ ਇਨਸਟਰੂਮੈਂਟਸ ਨੇ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਹੈ ਮੀਨਜ਼ ਇਹ ਜਿਹੜਾ ਅਧਿਆਪਕ ਨੂੰ ਕੰਮ ਰੋਜ਼ਾਨਾ ਹੀ ਕਰਨੇ ਪੈਂਦੇ ਆ ਇਸ ਕਰਕੇ ਜਿਹੜਾ ਕੰਪਿਊਟਰ ਹਾਰਡਵੇਅਰ ਹੈ ਮੀਨ ਜਿਹੜੇ ਕੰਪਿਊਟਰ ਨਾਲ ਜੁੜੇ ਸਾਂਧਨੇ ਸਮਾਨ ਨੇ ਉਹਨਾਂ ਬਾਰੇ ਵੀ ਜਿਹੜੀ ਜਾਣਕਾਰੀ ਅਧਿਆਪਕ ਨੂੰ ਹੋਣੀ ਚਾਹੀਦੀ ਹੈ ਸਾਈਬਰ ਕ੍ਰਾਈਮ ਐਂਡ ਹਾਈਕ ਫਿਰ ਜਿਹੜਾ ਅਧਿਆਪਕਾ ਨੂੰ ਜੋ ਸਾਈਬਰ ਕ੍ਰਾਈਮ ਦੇ ਦੌਰਾਨ ਕੁਝ ਵੀ ਕੋਈ ਚੋਰੀ ਹੁੰਦੀ ਹੈ ਕੋਈ ਅਪਰਾਧ ਹੋ ਰਹੇ ਨੇ ਜਾਂ ਜਿਹੜੀਆਂ ਹਾਈਕ ਵਗੈਰਾ ਹੋ ਜਾਂਦੇ ਨੇ ਵੈਬਸਾਈਟਸ ਉਹਨਾਂ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਮੀਨਸ ਇਹਦੇ ਆਪਕ ਨੂੰ ਪਤਾ ਹੋਵੇ ਕਿ ਮੈਂ ਕਿਵੇਂ ਆਪਣਾ ਜਿਹੜਾ ਡਾਟਾ ਉਹਨੂੰ ਸਿਕਿਉਰ ਰੱਖ ਸਕਦਾ ਕਿਸ ਤਰੀਕੇ ਨਾਲ ਮੈਂ ਇਹਨੂੰ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰ ਸਕਦਾ ਕਿਉਂਕਿ ਜਿਹੜੇ ਇਹ ਕੋਈ ਵੀ ਅਸੀਂ ਆਪਣੇ ਲਈ ਜੇ ਤਿਆਰ ਕਰ ਰਹੇ ਹਾਂ ਤਾਂ ਉਹਨੂੰ ਕੋਈ ਹੋਰ ਮਿਸਯੂਜ਼ ਨਾ ਕਰ ਸਕੇ ਇਹਦੇ ਲਈ ਇਹਦੇ ਆਪਕ ਨੂੰ ਜਿਹੜੀ ਪੂਰੀ ਜਾਣਕਾਰੀ ਹੈ ਇੰਟਰਨੈਟ ਦੀ ਵਰਤੋਂ ਉਹਦੇ ਅਨਸਾਰ ਹੀ ਕਰਨੀ ਚਾਹੀਦੀ ਹੈ ਜਿਹਦੇ ਅਕੋਰਡਿੰਗ ਹੋ ਸੂਟੇਬਲ ਹੋਵੇ ਕਈ ਵਾਰ ਹੋਰ ਬਹੁਤ ਸਾਰੀਆਂ ਵੈਬਸਾਈਟਸ ਖੁੱਲ ਜਾਂਦੀਆਂ ਨੇ ਜੇ ਅਗਰ ਅਸੀਂ ਉਹਨਾਂ ਨੂੰ ਖੋਲ-ਖੋਲ ਕੇ ਦੇਖੀ ਜਾਵਾਂਗੇ ਤਾਂ ਹੋਸਾ ਰੋ ਸਾਡਾ ਜਿਹੜਾ ਡਾਟਾ ਸਾਡ ਨਾਲ ਰਿਲੇਟਡ ਹੈ ਉਹ ਸਾਡੇ ਤੋਂ ਲੈ ਲੈਣ ਲੇ ਲੈਣ ਦਾ ਮਤਲਬ ਕਿਉਂਕਿ ਉਹ ਸਾਨੂੰ ਕਹਿਣਗੇ ਵੀ ਤੁਸੀਂ ਆਹ ਇਨਫੋਰਮੇਸ਼ਨ ਭਰੋ ਅਸੀਂ ਭਰ ਦਿੰਨੇ ਆ ਤਾਂ ਫਿਰ ਕੀ ਹੁੰਦਾ ਹੈ ਹੌਲੀ-ਹੌਲੀ ਉਹ ਸਾਡਾ ਜਿਹੜਾ ਕੋਈ ਬੈਂਕ ਅਕਾਊਂਟ ਹੈ ਜਾਂ ਕੁਝ ਹੋਰ ਉਹ ਤੱਕ ਪਹੁੰਚ ਜਾਂਦੇ ਨੇ ਤੇ ਇਹਨਾਂ ਜਿਹੜਾ ਸਾਡਾ ਡਾਟਾ ਹੈ ਉਹ ਫਿਰ ਸੇਫ ਨਹੀਂ ਰਹਿੰਦਾ ਇਸ ਕਰਕੇ ਜੇ ਆਪਕੋ ਜੋ ਸਾਈਬਰ ਕ੍ਰਾਈਮ ਤੇ ਜੋ ਹਾਈਕ ਵੀਗੈਰਾ ਹੋ ਜਾਂਦੀਆਂ ਨੇ ਵੈਬਸਾਈਟਸ ਉਹਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਨੈਕਸਟ ਹੈ ਯੂਜ਼ ਆਫ ਗੂਗਲ ਡਰਾਈਵ ਗੂਗਲ ਡਰਾਈਵ ਦੀ ਜਿਹੜੀ ਵਰਤੋਂ ਹੈ ਇਹ ਵੀ ਇੱਕ ਆਨਲਾਈਨ ਵਿਕਲਪ ਹੈ ਤੇ ਇਹਨੀਆਂ ਅਧਿਆਪਕ ਨੇ Google ਤੇ ਅਸੀਂ ਦੇਖੋ ਸਾਰਾ ਸਰਚ ਕਰਦੇ ਆਂ ਕੋਈ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਹੁਣ Google ਤੇ ਅਸੀਂ ਆਪਣੀ Gmail ਖੋਲਦੇ ਆਂ ਫਿਰ Gmail ਦੇ ਨਾਲ ਰਿਲੇਟਡ ਅਸੀਂ ਕੋਈ ਵੀ ਫਾਈਲ ਕਿਸੇ ਨੂੰ ਭੇਜਣੀ ਹੈ ਤਾਂ ਅਟੈਚ ਕਰਕੇ ਫਾਈਲ ਵੀ ਸੀ ਉੱਥੇ ਹੀ ਭੇਜਦੇ ਆਂ ਤਾਂ ਹੁਣ ਅਧਿਆਪਕ ਨੇ ਇਹ ਧਿਆਨ ਰੱਖਣਾ ਵੀ ਜਦੋਂ ਕੋਈ ਵੀ ਜਿਹੜੀਆਂ ਫਾਈਲਾਂ ਨੇ ਉਹਨੂੰ ਜਦੋਂ ਟਾਈਪ ਕਰਨਾ ਹੈ ਤਾਂ ਵਾਰ-ਵਾਰ ਸੇਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੋ ਕਿ Google Drive ਤੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਆਟੋਮੈਟਿਕਲੀ ਇਹਦੇ ਵਿੱਚ ਸੇਵ ਦੀ ਜਿਹੜੀ ਆਪਸ਼ਨ ਆ ਉਹ ਹੁੰਦੀ ਹੈ ਨੈਕਸਟ ਹੈ ਫਾਰਮੇਸ਼ਨ ਆਫ ਸੀਡੀ ਐਂਡ ਡੀਵੀਡੀ ਫਿਰ ਇਹਦੇ ਆਪ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿਵੇਂ ਜਿਹੜੀ ਸੀਡੀ ਹੈ ਤੇ ਡੀਵੀਡੀ ਹੈ ਉਹ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਕਿਵੇਂ ਡਾਟਾ ਉਹਦੇ ਵਿੱਚ ਸਟੋਰ ਕਰਨਾ ਹੈ ਕਿਉਂਕਿ ਸਾਰਾ ਡਾਟਾ ਅਸੀਂ ਕੰਪਿਊਟਰ ਦੇ ਵਿੱਚ ਨਹੀਂ ਰੱਖ ਸਕਦੇ ਕੁਝ ਡਾਟਾ ਅਸੀਂ ਸੀਡੀ ਜਾਂ ਡੀਵੀਡੀ ਵਗੈਰਾ ਹੁੰਦੀਆਂ ਉਹਦੇ ਵਿੱਚ ਵੀ ਅਸੀਂ ਸਟੋਰ ਕਰਕੇ ਰੱਖਣਾ ਹੁੰਦਾ ਹੈ ਮੀਨਜ਼ ਇਹਦੇ ਆਪਕ ਨੇ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਫਾਰਮੇਸ਼ਨ ਇਹਦੀ ਕਰਨੀ ਹੈ ਫਿਰ ਐਨਹਾਂਸ ਲੈਂਗੁਏਜ ਐਬਿਲਿਟੀ ਫਿਰ ਅਧਿਆਪਕੋ ਦੀ ਜਿਹੜੀ ਲੈਂਗੁਏਜ ਐਬਿਲਿਟੀ ਉਹ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਆਨਲਾਈਨ ਕੁਝ ਵੀ ਪੜ੍ਹਦੇ ਆਂ ਆਈਸੀਟੀ ਨੂੰ ਯੂਜ਼ ਕਰਦੇ ਆਂ ਤਾਂ ਉੱਥੇ ਕੀ ਹੈ ਲੈਂਗੁਏਜ ਮੋਸਟਲੀ ਇੰਗਲਿਸ਼ ਹੀ ਹੁੰਦੀ ਹੈ ਇਸ ਕਰਕੇ ਅਧਿਆਪਕਾ ਜਿਹਨਾਂ ਨੂੰ ਆਪਣੀ ਲੈਂਗੁਏਜ ਐਬਿਲਿਟੀ ਉਹ ਵੀ ਐਨਹਾਂਸ ਕਰਨੀ ਚਾਹੀਦੀ ਹੈ ਉਹਦੇ ਵਿੱਚ ਜਿਹੜਾ ਵਾਧਾ ਉਹ ਹੋਣਾ ਚਾਹੀਦਾ ਹੈ ਡੀਅਰ ਸਟੂਡੈਂਟਸ ਐਸੀ ਟੈਕਨੋ ਪੈਡਾਗੋਜੀਕਲ ਸਕਿੱਲ ਡਿਵੈਲਪਮੈਂਟ ਦੇ ਵਿੱਚ ਲਈ ਅਤੇ ਆਪਨ ਕੋਲ ਕਿਸ ਤਰ੍ਹਾਂ ਜਿਹੜੀ ਨੌਲੇਜ ਆ ਜਾਂ ਕਿਸ ਤਰ੍ਹਾਂ ਦੀ ਇਹਨਾਂ ਕੈਪੇਬਿਲਿਟੀਆਂ ਨੇ ਹੋਣੇ ਚਾਹੀਦੀਆਂ ਨੇ ਥੈਂਕ ਯੂ